ਭੋਗਾ ਵਿਖੇ ਦਰਪੇਸ਼ ਆਇਆ ਦਰਦਨਾਕ ਹਾਦਸਾ ਜਿੱਥੇ ਕਿ ਛੋਟੀ ਬੱਚੀ ਦੇ ਉੱਪਰੋਂ ਲੰਘ ਗਈ ਕਾਰ। ਇਸ ਹਾਦਸੇ ਦੀਆਂ ਸੀਸੀਟੀਵੀ ਫੁਟੇਜ ਵੀ ਹੋ ਚੁੱਕੀਆਂ ਨੇ ਵਾਇਰਲ। ਮੋਗਾ ਸ਼ਹਿਰ ਵਿਖੇ ਉਸ ਸਮੇਂ ਰੂਹ ਕੰਬਾਉਣ ਵਾਲੀ ਹਾਦਸੇ ਦੀ ਆਮਦ ਹੋਈ ਜਦੋਂ ਇੱਕ ਕਾਰ ਦੇ ਥੱਲੇ ਛੋਟੀ ਬੱਚੀ ਆਉਣ ਦੇ ਨਾਲ ਚਾਰੋਂ ਪਾਸੇ ਤੜਥੱਲੀ ਮਚ ਗਈ। ਇਸ ਹਾਦਸੇ ਦੇ ਵਿੱਚ ਇਸ ਬੱਚੀ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ। ਹਾਦਸੇ ਦੀਆਂ ਸੀਸੀਟੀਵੀ ਫੁਟੇਜ ਨੇ ਉਹ ਵੀ ਸਾਹਮਣੇ ਆ ਚੁੱਕੀਆਂ ਨੇ ਜਿੱਥੇ ਕਿ ਸੀਸੀਟੀਵੀ ਫੁਟੇਜ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਕਾਰ ਆਉਂਦੀ ਹੈ ਅਤੇ ਇੱਕ ਛੋਟੀ ਬੱਚੀ ਉਸਦੇ ਸਾਹਮਣੇ ਆ ਜਾਂਦੀ ਹੈ ਅਤੇ ਕਾਰ ਚਾਲਕ ਉਸਨੂੰ ਆਪਣੀ ਕਾਰ ਦੀ ਚਪੇਟ ਦੇ ਵਿੱਚ ਲੈ ਲੈਂਦਾ ਹੈ ਜਿਸ ਕਾਰਨ ਬੱਚੀ ਦੀ ਮੌਤ ਵੀ ਹੋ ਗਈ ਹੈ। ਇਸ ਹਾਦਸੇ ਦੇ ਇਲਾਕੇ ਦੇ ਵਿੱਚ ਹੋਣ ਦੇ ਕਾਰਨ ਚਾਰੋਂ ਪਾਸੇ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਹੈ। ਬਿਊਰੋ ਰਿਪੋਰਟ, ਨੈਸ਼ਨਲ ਬਰਡ।